ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਹੋਵੋਗੇ ਅੱਜ ਦੀ ਆਪਣੀ ਵੀਡੀਓ ਹੈਗੀ ਆ ਗੁਰਦੁਆਰਾ ਗੁਰੂਸਰ ਸੱਚਾ ਸਾਹਿਬ ਦੇ ਨਾਲ ਸੰਬੰਧਿਤ ਬਾਬਾ ਸਤ ਸਿੰਘ ਜੀ ਦੇ ਕਬਰ ਸਥਾਨ ਦੇ ਨਾਲ ਇਹ ਗੁਰੂ ਘਰ ਸਾਹਿਬ ਅੰਮ੍ਰਿਤਸਰ ਜਾਂਦਾ ਨੂੰ ਬਿਲਕੁਲ ਰਸਤੇ ਵਿੱਚ ਆਉਂਦਾ ਜੀ ਚਲੋ ਤੁਹਾਨੂੰ ਕਰਾਉਂਦੇ ਗੁਰੂ ਘਰ ਸਾਹਿਬ ਦੇ ਦਰਸ਼ਨ ਤੇ ਜਾ ਕੇ ਕਰਦੇ ਆਪਾਂ ਉੱਥੇ ਬਾਬਾ ਜੀ ਦੇ ਨਾਲ ਗੱਲਬਾਤ ਤੇ ਉੱਥੋਂ ਦੇ ਇਤਿਹਾਸ ਬਾਰੇ ਜਾਣਕਾਰੀ ਲੈ ਜੀ ਆ ਪਹੁੰਚ ਗਏ ਜੀ ਆਪਾਂ ਮੇਨ ਗੇਟ ਤੇ ਗੁਰਦੁਆਰਾ ਗੁਰੂ ਘਰ ਸੱਚਾ ਸਾਹਿਬ ਦੇ ये बिल्कुल रास्ते आता जी अड़ीसर साहब जाते आ रास्ता जरा अड़ीसर साहब न चला जाता इधरों आप स्टैंडर चौंक वालों आने जो तो आ रास्ते आ जाता आ गेट है जी मेन तो आप अगे चल के देख लें गुरु घर साहिब संगत बहुत ही श्रद्धा भावना नाल पहुँचदियां ने ते उसे ही श्रद्धा भावना दे नाल इत्थे आ के सेवा करदियां ने
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਖੜ੍ਹੇ ਹਾਂ ਜੀ ਪਿੰਡ ਹੰਡਾਇਆ ਵਿਖੇ ਗੁਰਦੁਆਰਾ ਗੁਰੂਸਰ ਸੱਚਾ ਸਾਹਿਬ ਬਾਬਾ ਸਾਧੂ ਸਿੰਘ ਜੀ ਦੇ ਤਪ ਅਸਥਾਨ 'ਤੇ, ਜੋ ਕਿ ਬਹੁਤ ਹੀ ਇਤਿਹਾਸਿਕ ਗੁਰੂਘਰ ਸਾਹਿਬ ਹੈ। ਇੱਥੇ ਸੁੱਖੀ ਹੋਈ ਹਰ ਇੱਕ ਸੁੱਖ ਪੂਰੀ ਹੁੰਦੀ ਹੈ, ਅਤੇ ਬਾਕੀ ਦੀ ਜਾਣਕਾਰੀ ਆਪਾਂ ਬਾਬਾ ਜੀ ਤੋਂ ਲੈਂਦੇ ਹਾਂ। ਸੋ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਥਾਨ ਮਹਾਂਪੁਰਖ ਸੰਤ ਬਾਬਾ ਸਾਧੂ ਸਿੰਘ ਜੀ, ਸੋ ਜਿਨ੍ਹਾਂ ਦਾ ਇਹ ਤਪ ਸਥਾਨ ਹੈ ਜੋ ਨਗਰ ਹੰਡਾਇਆ ਆਦਿ ਹੋਏ ਨੇਗੇ, ਸੋ ਜਿਹੜੇ ਸ਼ੁਰੂ ਤੋਂ ਹੀ ਬਸ ਪਰਮਾਤਮਾ ਦੇ ਨਾਮ ਦੇ ਵਿੱਚ ਲੀਨ ਰਹਿੰਦੇ ਸਨ ਅਤੇ ਸੰਗਤਾਂ ਨੂੰ ਬਾਣੀ ਦੇ ਨਾਲ ਜੋੜਦੇ ਸਨ, ਜੋ ਵੀ ਦੁਖੀ ਆਉਂਦਾ ਸੋ ਹਰ ਇੱਕ ਦੀ ਸਤਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਦੇ ਸਨ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਸਨ, ਅਰਦਾਸਾਂ ਬੇਨਤੀਆਂ ਪੂਰੀਆਂ ਹੁੰਦੀਆਂ। ਸੋ ਬੜੀ ਦੂਰੋਂ ਦੂਰੋਂ ਅੱਜ ਵੀ ਸੰਗਤਾਂ ਪਹੁੰਚਦੀਆਂ ਨੇ, ਜਿਸ ਤਰ੍ਹਾਂ ਗੁਰਜੀਵਨ ਸਿੰਘ ਜੀ ਨੇ ਆਪ ਜੀ ਨੂੰ ਵੀਡੀਓ ਦੇ ਵਿੱਚ ਦਿਖਾਇਆ ਹੋਏਗਾ ਕਿ ਹਰ ਐਤਵਾਰ ਨੂੰ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਨੇਗੇ, ਪਾਠਾਂ ਤੋਂ ਉਪਰੰਤ ਸੰਗਤ ਪਾਠ ਕਰਦੀ ਹੈ, ਫਿਰ ਸੰਗਤ ਦੀਆਂ ਅਰਦਾਸਾਂ ਬੇਨਤੀਆਂ ਹੁੰਦੀਆਂ ਨੇ। ਤਕਰੀਬਨ ਹਰ ਐਤਵਾਰ 50 ਤੋਂ ਲੈ ਕੇ 100 ਅਰਦਾਸ ਬੇਨਤੀ ਸੰਗਤ ਦੀ ਹੁੰਦੀ ਹੈ। ਸੁਬਾਹ ਵੀ ਅਰਦਾਸ ਕਰਕੇ ਹਟੇ ਹਾਂ ਅਸੀਂ, ਫਿਰ ਉਸ ਤੋਂ ਬਾਅਦ ਫਿਰ ਅਰਦਾਸ ਕੀਤੀ ਹੈ ਅਤੇ ਹੁਣ ਸੁਖਮਨੀ ਸਾਹਿਬ ਦੇ ਪਾਠਾਂ ਤੋਂ ਬਾਅਦ ਫਿਰ ਅਰਦਾਸਾਂ ਬੇਨਤੀਆਂ ਹੋਈਆਂ ਨੇ। ਮੇਰਾ ਕਹਿਣ ਦਾ ਭਾਵ ਕਿ ਮਹਾਂਪੁਰਖਾਂ ਤੋਂ ਲੈ ਕੇ ਹੁਣ ਤੱਕ ਜਿਤਨੀਆਂ ਵੀ ਸੰਗਤਾਂ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਪਹੁੰਚਦੀਆਂ ਨੇ, ਅਰਦਾਸਾਂ ਬੇਨਤੀਆਂ ਕਰਵਾਉਂਦੀਆਂ ਨੇ, ਇਹ ਯਾਦਗਾਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸਥਾਨ ਹੈਗਾ। ਸੋ ਮਹਾਂਪੁਰਖਾਂ ਵੱਲੋਂ ਇਹ ਬਣਾਇਆ ਗਿਆ ਸੀ, ਅੱਜ ਵੀ ਬੜੀ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ, ਜਿਸ ਵੀ ਮਨੋਕਾਮਨਾਵਾਂ ਭਾਵਨਾਵਾਂ ਨੂੰ ਲੈ ਕੇ ਕੋਈ ਪਹੁੰਚਦਾ ਹੈ, ਦੀਨ ਦੁਖੀਆ, ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਜ਼ਰੂਰ ਅਰਦਾਸਾਂ ਬੇਨਤੀਆਂ ਦਰ 'ਤੇ ਪ੍ਰਵਾਨ ਕਰਦੇ ਹਨ। ਇੱਥੇ 24 ਘੰਟੇ ਲੰਗਰ ਚੱਲਦਾ ਹੈ ਅਤੇ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ ਵੀ ਇਸ ਸਥਾਨ ਵੱਲੋਂ ਮਹਾਂਪੁਰਖਾਂ ਤੋਂ ਲੈ ਕੇ ਅੱਜ ਤੱਕ ਕੋਈ ਵੀ ਉਗਰਾਹੀ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਕੋਈ ਡਾਲੀ ਕੀਤੀ ਜਾਂਦੀ ਹੈ। ਅੱਜ ਵੀ ਸੰਗਤ ਲੰਗਰ 24 ਘੰਟੇ ਚੱਲਦਾ ਹੈ, ਨਗਰ ਦੀ ਸੰਗਤ ਬਾਹਰੋਂ ਸੰਗਤਾਂ ਦੁੱਧ ਪਾਣੀ ਹੈ ਜਿਹੜਾ ਉਹ ਆਪਣੇ ਆਪ ਹੀ ਫੜਾ ਕੇ ਜਾਂਦੀਆਂ ਨੇ, ਸੋ ਜੋ ਸੰਗਤਾਂ ਦੇ ਸਹਿਯੋਗ ਦੇ ਨਾਲ ਫਿਰ 24 ਘੰਟੇ ਲੰਗਰ ਚੱਲਦਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਹੀ ਮਿਹਰ ਕਰਦੇ ਨੇ, ਬਹੁਤ ਸੰਗਤਾਂ ਸੇਵਾਵਾਂ ਕਰਦੀਆਂ ਨੇ, ਸੇਵਾਦਾਰ ਸਾਡੇ ਸੇਵਾ ਕਰਦੇ ਨੇਗੇ। ਸੋ ਬੇਨਤੀ ਹੈ ਕਿ ਜ਼ਰੂਰ ਆਪ ਸੰਗਤਾਂ ਇਸ ਸਥਾਨ ਦੇ ਦਰਸ਼ਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਹੜੇ ਪਿੰਡ ਤੋਂ ਜੀ? ਮਧੀਰ ਤੋਂ ਜੀ। ਠੀਕ ਹੈ ਜੀ। ਕਿੰਨੇ ਟਾਈਮ ਤੋਂ ਆ ਰਹੇ ਹੋ ਜੀ? ਅਸੀਂ 15 ਦਿਨ ਤੋਂ ਆ ਰਹੇ ਹਾਂ। ਠੀਕ ਹੈ ਜੀ। ਇਹਨਾਂ ਨੂੰ 3 ਸਾਲ ਹੋ ਗਏ ਆਉਂਦਿਆਂ ਨੂੰ, ਇਹਦੇ ਬੇਟੇ ਦਾ ਅਤੇ ਬੇਟੀ ਦਾ ਵੀਜ਼ਾ ਲੱਗਾ ਉੱਥੋਂ ਦਾ, ਉਹ ਕਨੇਡਾ ਹੁਣ ਜੀ। ਹੁਣ ਅਸੀਂ ਇਹ ਸਾਡੇ ਬੇਟੇ ਦੇ ਆਉਂਦੇ ਸੀ ਵੇਖ ਕੇ ਮੁੜ ਜਾਂਦੇ ਸੀਗੇ। ਅੱਛਾ ਜੀ। ਇੱਥੇ ਜਦੋਂ ਆਉਣ ਲੱਗੇ 15 ਦਿਨਾਂ ਦੇ ਵਿੱਚ ਇਹਦਾ ਹੁਣ ਸਗਨ ਪੈ ਚੁੱਕਿਆ ਜੀ। ਠੀਕ ਹੈ ਜੀ। ਮਹਾਰਾਜ ਨੇ ਕਿਰਪਾ ਕਰੀ ਆ, ਅੱਜ ਸ਼ੁਕਰਾਨਾ ਕਰਨਾ ਜੀ। ਠੀਕ ਹੈ। ਹੁਣ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਸੰਤ ਬਾਬਾ ਸਾਧੂ ਸਿੰਘ ਜੀ ਦੇ ਅੰਗੀਠਾ ਸਾਹਿਬ ਜੀ ਦਾ। ਇਸ ਸਥਾਨ 'ਤੇ ਸ਼ਰਧਾ ਭਾਵਨਾ ਨਾਲ ਅਰਦਾਸ ਬੇਨਤੀਆਂ ਕਰਵਾਉਣ ਵਾਲਿਆਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਅਤੇ ਵਿਦੇਸ਼ ਜਾਣ ਵਾਲਿਆਂ ਬੱਚਿਆਂ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ।